ਆਰਟਿਸਟ ਹੋਣ ਦੇ ਨਾਤੇ ਮੈਨੂੰ ਬਹੁਤ ਘੱਟ ਸਮਾਂ ਮਿਲਿਆ ਉਹਦੇ ਨਾਲ ਟਾਈਮ ਸਪੈਂਡ ਕਰਨ ਲਈ, ਪਰ ਮੈਨੂੰ ਜਿੰਨਾ ਵੀ ਟਾਈਮ ਸਪੈਂਡ ਕਰਨ ਨੂੰ ਮੌਕਾ ਮਿਲਿਆ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਆ ਵੀ ਜੋ ਚੀਜ਼ ਦੀ ਜਿਸ ਚੀਜ਼ ਦੀ ਸਿੱਖਿਆ ਮੈਂ ਉਹਨੂੰ ਚੰਗੀ ਸਿੱਖਿਆ ਦੇ ਸਕਦਾ ਵੀ ਕੱਲ੍ਹ ਨੂੰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰ ਰੱਖਣਾ ਹੈ। ਔਰ ਪਿਓ ਇੱਕ ਹਰ ਪੁੱਤ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਜੋ ਹਮੇਸ਼ਾ ਇਹ ਪਿਓ ਹਮੇਸ਼ਾ ਇਹ ਸੋਚਦਾ ਹੁੰਦਾ ਵਾ ਵੀ ਆਪਣੇ ਪੁੱਤ ਨੂੰ ਮੈਂ ਉਹ ਚੀਜ਼ ਕਰਕੇ ਦੇਵਾਂ ਸ਼ਾਇਦ ਜਿਹੜੀ ਮੈਂ ਦੇਖੀ ਉਹਨੂੰ ਨਾ ਦੇਖਣਾ ਪਊ। ਔਰ ਮੈਂ ਹਮੇਸ਼ਾ ਨਿਸ਼ਾਨ ਨੂੰ ਲੈ ਕੇ ਵੀ ਇਹੀ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਇੱਕ ਉਹਨੂੰ ਇਨਸਾਨੀਅਤ ਬਾਰੇ ਜ਼ਰੂਰ ਪਤਾ ਹੋਵੇ। ਲੋਕ ਜਿਹੜੇ ਇੱਥੇ ਦੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਉਹਨੂੰ ਆਪੇ ਮਿਲ ਜਾਣਗੀਆਂ। ਔਰ ਮੇਰੇ ਲਈ ਨਾ ਤਾਂ ਮੇਰੇ ਲਈ ਕਦੀ ਜ਼ਰੂਰੀ ਹੋਇਆ ਵੀ ਮੈਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਦੇ ਵੱਲ ਝੁਕਾਵ ਹੋਵੇ ਮੇਰਾ, ਔਰ ਮੈਨੂੰ ਐਂ ਲੱਗਦਾ ਵੀ ਉਹਦਾ ਵੀ ਨਹੀਂ ਹੋਊਗਾ ਕਿਉਂਕਿ ਅਸੀਂ ਜਿਸ ਤਰੀਕੇ ਦੀ ਅਸੀਂ ਲਾਈਫ ਨੂੰ ਜਿਉਂਦੇ ਹਾਂ ਉਹ ਇੱਕ ਰਿਫਲੈਕਸ਼ਨ ਤੁਹਾਡੇ ਬੱਚੇ 'ਚੋਂ ਹਮੇਸ਼ਾ ਦਿਖਦੀ ਆ। ਉਹ ਬਲੱਡ ਲਾਈਨ ਜਿਹਨੂੰ ਅਸੀਂ ਕਹਿੰਦੇ ਹਾਂ ਕਿਉਂਕਿ ਇਹ ਪਰਮਾਤਮਾ ਵੱਲੋਂ ਤੋਰੀਆਂ ਚੀਜ਼ਾਂ ਨੇ। ਔਰ ਜੇ ਮੇਰੇ ਵਿੱਚ ਲੋਭ ਹੰਕਾਰ ਹੋਊਗਾ ਤਾਂ ਬਟ ਓਬਵੀਅਸ ਆ ਵੀ ਉਹ ਮੇਰੇ ਬੱਚੇ 'ਚੋਂ ਵੀ ਉਹ ਦਿਖੂਗਾ। ਪਰ ਮੈਂ ਕੋਸ਼ਿਸ਼ ਕਰਦਾ, ਪਰਮਾਤਮਾ ਦਾ ਸ਼ੁਕਰ ਕਰਦਾ, ਉਸ ਰੱਬ ਦਾ ਸ਼ੁਕਰ ਕਰਦਾ ਵੀ ਜਿੰਨੀ ਕੁ ਵੀ ਚੀਜ਼ ਜਿੰਨੀ ਕੁ ਵੀ ਸੋਝੀ ਮੈਨੂੰ ਪਰਮਾਤਮਾ ਵੱਲੋਂ ਹੈਗੀ ਆ, ਔਰ ਚੰਗੀ ਮੈਂ ਚੀਜ਼ ਨੂੰ ਉਹਨੂੰ ਦੇਵਾਂ ਔਰ ਸੁਸਾਇਟੀ ਦੇ ਵਿੱਚ ਚੰਗਾ ਹੀ ਸਰਵ ਕਰੇ, ਬਸ ਇਹੀ ਪਰਮਾਤਮਾ ਵੱਲੋਂ। ਪਹਿਲਾਂ ਇੱਕ ਅਸੀਂ ਮੁੰਡੇ ਹੁੰਦੇ ਹਾਂ, ਫਿਰ ਅਸੀਂ ਉਸ ਤੋਂ ਬਾਅਦ ਹਸਬੈਂਡ ਬਣਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਫਾਦਰ ਬਣਦੇ ਹਾਂ। ਅਤੇ ਜਦੋਂ ਅਸੀਂ ਫਾਦਰ ਬਣਦੇ ਹਾਂ ਨਾ, ਫਾਦਰ ਬਣ ਕੇ ਨਾ ਸਾਡੀ ਨਾ ਬੜੀ ਛੋਟੀ ਛੋਟੀ ਮੈਮਰੀਜ਼ ਨਾ ਦਿਖਾਉਣ ਦਾ ਦਿਲ ਕਰਦਾ ਆਪਣੇ ਬੇਟੇ ਨੂੰ, ਆਪਣੇ ਬੱਚੇ ਨੂੰ। ਕਦੀ ਬੇਟੇ ਨੂੰ ਗੋਦ ਵਿੱਚ ਬਹਿ ਕੇ, ਕਦੀ ਆਪਣੀ ਜਦੋਂ ਕੋਈ ਗਾਣਾ ਜਾਂ ਕੋਈ ਫਿਲਮ ਦਿਖਾਈ ਆ, ਕਿ ਮੈਂ ਉਹਨਾਂ ਨੂੰ ਜ਼ਰੂਰ ਇੱਦਾਂ ਦਾ ਐਕਸਪੀਰੀਅੰਸ ਸ਼ੇਅਰ ਕਰਾਂ, ਕਿਉਂਕਿ ਜ਼ਰੂਰ ਕਰਦੇ ਕੀਤਾ ਜ਼ਰੂਰ ਹੋਣਾ। ਮੈਂ ਚਾਹੁੰਗਾ ਉਹ ਫੀਲ ਜਾਣਨਾ ਚਾਹੁੰਦਾ ਹਾਂ ਕਿ ਉਹ ਫੀਲ ਕਿਵੇਂ ਦਾ ਹੁੰਦਾ ਨਹੀਂ ਜਿਹੜੇ, ਕਿਉਂਕਿ ਬੜਾ ਤਰਸਦਾਰ, ਬੜਾ ਵੇਟ ਨਾਲ ਆਉਂਦੀ ਹੈ ਇਹ ਚੀਜ਼। ਮੇਰਾ ਆਰਟਿਸਟ ਹੋਣ ਦੇ ਨਾਤੇ ਮੈਨੂੰ ਬਹੁਤ ਘੱਟ ਸਮਾਂ ਮਿਲਿਆ ਉਹਦੇ ਨਾਲ ਟਾਈਮ ਸਪੈਂਡ ਕਰਨ ਲਈ, ਪਰ ਮੈਨੂੰ ਜਿੰਨਾ ਵੀ ਟਾਈਮ ਸਪੈਂਡ ਕਰਨ ਨੂੰ ਮੌਕਾ ਮਿਲਿਆ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਆ ਵੀ ਜੋ ਚੀਜ਼ ਦੀ ਜਿਸ ਚੀਜ਼ ਦੀ ਸਿੱਖਿਆ ਮੈਂ ਉਹਨੂੰ ਚੰਗੀ ਸਿੱਖਿਆ ਦੇ ਸਕਦਾ ਵੀ ਕੱਲ੍ਹ ਨੂੰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰ ਰੱਖਣਾ ਹੈ। ਔਰ ਪਿਓ ਇੱਕ ਹਰ ਪੁੱਤ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਜੋ ਹਮੇਸ਼ਾ ਇਹ ਪਿਓ ਹਮੇਸ਼ਾ ਇਹ ਸੋਚਦਾ ਹੁੰਦਾ ਵਾ ਵੀ ਆਪਣੇ ਪੁੱਤ ਨੂੰ ਮੈਂ ਉਹ ਚੀਜ਼ ਕਰਕੇ ਦੇਵਾਂ ਸ਼ਾਇਦ ਜਿਹੜੀ ਮੈਂ ਦੇਖੀ ਉਹਨੂੰ ਨਾ ਦੇਖਣਾ ਪਊ। ਔਰ ਮੈਂ ਹਮੇਸ਼ਾ ਨਿਸ਼ਾਨ ਨੂੰ ਲੈ ਕੇ ਵੀ ਇਹੀ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਇੱਕ ਉਹਨੂੰ ਇਨਸਾਨੀਅਤ ਬਾਰੇ ਜ਼ਰੂਰ ਪਤਾ ਹੋਵੇ। ਲੋਕ ਜਿਹੜੇ ਇੱਥੇ ਦੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਉਹਨੂੰ ਆਪੇ ਮਿਲ ਜਾਣਗੀਆਂ। ਔਰ ਮੇਰੇ ਲਈ ਨਾ ਤਾਂ ਮੇਰੇ ਲਈ ਕਦੀ ਜ਼ਰੂਰੀ ਹੋਇਆ ਵੀ ਮੈਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਦੇ ਵੱਲ ਝੁਕਾਵ ਹੋਵੇ ਮੇਰਾ, ਔਰ ਮੈਨੂੰ ਐਂ ਲੱਗਦਾ ਵੀ ਉਹਦਾ ਵੀ ਨਹੀਂ ਹੋਊਗਾ ਕਿਉਂਕਿ ਅਸੀਂ ਜਿਸ ਤਰੀਕੇ ਦੀ ਅਸੀਂ ਲਾਈਫ ਨੂੰ ਜਿਉਂਦੇ ਹਾਂ ਉਹ ਇੱਕ ਰਿਫਲੈਕਸ਼ਨ ਤੁਹਾਡੇ ਬੱਚੇ 'ਚੋਂ ਹਮੇਸ਼ਾ ਦਿਖਦੀ ਆ। ਉਹ ਬਲੱਡ ਲਾਈਨ ਜਿਹਨੂੰ ਅਸੀਂ ਕਹਿੰਦੇ ਹਾਂ ਕਿਉਂਕਿ ਇਹ ਪਰਮਾਤਮਾ ਵੱਲੋਂ ਤੋਰੀਆਂ ਚੀਜ਼ਾਂ ਨੇ। ਔਰ ਜੇ ਮੇਰੇ ਵਿੱਚ ਲੋਭ ਹੰਕਾਰ ਹੋਊਗਾ ਤਾਂ ਬਟ ਓਬਵੀਅਸ ਆ ਵੀ ਉਹ ਮੇਰੇ ਬੱਚੇ 'ਚੋਂ ਵੀ ਉਹ ਦਿਖੂਗਾ। ਪਰ ਮੈਂ ਕੋਸ਼ਿਸ਼ ਕਰਦਾ, ਪਰਮਾਤਮਾ ਦਾ ਸ਼ੁਕਰ ਕਰਦਾ, ਉਸ ਰੱਬ ਦਾ ਸ਼ੁਕਰ ਕਰਦਾ ਵੀ ਜਿੰਨੀ ਕੁ ਵੀ ਚੀਜ਼ ਜਿੰਨੀ ਕੁ ਵੀ ਸੋਝੀ ਮੈਨੂੰ ਪਰਮਾਤਮਾ ਵੱਲੋਂ ਹੈਗੀ ਆ, ਔਰ ਚੰਗੀ ਮੈਂ ਚੀਜ਼ ਨੂੰ ਉਹਨੂੰ ਦੇਵਾਂ ਔਰ ਸੁਸਾਇਟੀ ਦੇ ਵਿੱਚ ਚੰਗਾ ਹੀ ਸਰਵ ਕਰੇ, ਬਸ ਇਹੀ ਪਰਮਾਤਮਾ ਵੱਲੋਂ। ਆਰਟਿਸਟ ਹੋਣ ਦੇ ਨਾਤੇ ਮੈਨੂੰ ਬਹੁਤ ਘੱਟ ਸਮਾਂ ਮਿਲਿਆ ਉਹਦੇ ਨਾਲ ਟਾਈਮ ਸਪੈਂਡ ਕਰਨ ਲਈ, ਪਰ ਮੈਨੂੰ ਜਿੰਨਾ ਵੀ ਟਾਈਮ ਸਪੈਂਡ ਕਰਨ ਨੂੰ ਮੌਕਾ ਮਿਲਿਆ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਆ ਵੀ ਜੋ ਚੀਜ਼ ਦੀ ਜਿਸ ਚੀਜ਼ ਦੀ ਸਿੱਖਿਆ ਮੈਂ ਉਹਨੂੰ ਚੰਗੀ ਸਿੱਖਿਆ ਦੇ ਸਕਦਾ ਵੀ ਕੱਲ੍ਹ ਨੂੰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੈਰ ਰੱਖਣਾ ਹੈ। ਔਰ ਪਿਓ ਇੱਕ ਹਰ ਪੁੱਤ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਜੋ ਹਮੇਸ਼ਾ ਇਹ ਪਿਓ ਹਮੇਸ਼ਾ ਇਹ ਸੋਚਦਾ ਹੁੰਦਾ ਵਾ ਵੀ ਆਪਣੇ ਪੁੱਤ ਨੂੰ ਮੈਂ ਉਹ ਚੀਜ਼ ਕਰਕੇ ਦੇਵਾਂ ਸ਼ਾਇਦ ਜਿਹੜੀ ਮੈਂ ਦੇਖੀ ਉਹਨੂੰ ਨਾ ਦੇਖਣਾ ਪਊ। ਔਰ ਮੈਂ ਹਮੇਸ਼ਾ ਨਿਸ਼ਾਨ ਨੂੰ ਲੈ ਕੇ ਵੀ ਇਹੀ ਕੋਸ਼ਿਸ਼ ਕਰਦਾ ਹੁੰਦਾ ਵੀ ਉਹ ਇੱਕ ਉਹਨੂੰ ਇਨਸਾਨੀਅਤ ਬਾਰੇ ਜ਼ਰੂਰ ਪਤਾ ਹੋਵੇ। ਲੋਕ ਜਿਹੜੇ ਇੱਥੇ ਦੀਆਂ ਮਟੀਰੀਅਲਿਸਟਿਕ ਚੀਜ਼ਾਂ ਨੇ ਉਹਨੂੰ ਆਪੇ ਮਿਲ ਜਾਣਗੀਆਂ।
ਔਰ ਮੇਰੇ ਲਈ ਇੰਨਾ ਤਾਂ ਮੇਰੇ ਲਈ ਕਦੀ ਜ਼ਰੂਰੀ ਹੋਇਆ ਵੀ ਮੈਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਦੇ ਵੱਲ ਝੁਕਾਵ ਹੋਵੇ ਮੇਰਾ, ਔਰ ਮੈਨੂੰ ਐਂ ਲੱਗਦਾ ਵੀ ਉਹਦਾ ਵੀ ਨਹੀਂ ਹੋਊਗਾ, ਕਿਉਂਕਿ ਅਸੀਂ ਜਿਸ ਤਰੀਕੇ ਦੀ ਅਸੀਂ ਲਾਈਫ ਨੂੰ ਜਿਉਂਦੇ ਹਾਂ ਉਹ ਇੱਕ ਰਿਫਲੈਕਸ਼ਨ ਤੁਹਾਡੇ ਬੱਚੇ 'ਚੋਂ ਹਮੇਸ਼ਾ ਦਿਖਦੀ ਦਿਖਦੀ ਆ, ਉਹ ਬਲੱਡ ਲਾਈਨ ਜਿਹਨੂੰ ਅਸੀਂ ਕਹਿੰਦੇ ਹਾਂ, ਕਿਉਂਕਿ ਇਹ ਪਰਮਾਤਮਾ ਵੱਲੋਂ ਤੋਰੀਆਂ ਚੀਜ਼ਾਂ ਨੇ, ਔਰ ਜੇ ਮੇਰੇ ਵਿੱਚ ਲੋਭ ਹੰਕਾਰ ਹੋਊਗਾ ਤਾਂ ਬਟ ਓਬਵੀਅਸ ਆ ਵੀ ਉਹ ਮੇਰੇ ਉਹਦੇ ਮੇਰੇ ਬੱਚੇ 'ਚੋਂ ਵੀ ਉਹ ਦਿਖੂਗਾ, ਪਰ ਮੈਂ ਕੋਸ਼ਿਸ਼ ਕਰਦਾ ਪਰਮਾਤਮਾ ਦਾ ਸ਼ੁਕਰ ਕਰਦਾ, ਉਸ ਰੱਬ ਦਾ ਸ਼ੁਕਰ ਕਰਦਾ ਵੀ ਜਿੰਨੀ ਕੁ ਵੀ ਚੀਜ਼ ਜਿੰਨੀ ਕੁ ਵੀ ਸੋਝੀ ਮੈਨੂੰ ਪਰਮਾਤਮਾ ਵੱਲੋਂ ਹੈਗੀ ਆ, ਔਰ ਚੰਗੀ ਮੈਂ ਚੀਜ਼ ਨੂੰ ਉਹਨੂੰ ਦੇਵਾਂ ਔਰ ਸੁਸਾਇਟੀ ਦੇ ਵਿੱਚ ਚੰਗਾ ਹੀ ਸਰਵ ਕਰੇ, ਬਸ ਇਹੀ ਪਰਮਾਤਮਾ ਵੱਲੋਂ। ਪਹਿਲਾਂ ਇੱਕ ਯੂਨੋ ਅਸੀਂ ਮੁੰਡੇ ਹੁੰਦੇ ਹਾਂ, ਫਿਰ ਅਸੀਂ ਉਸ ਤੋਂ ਬਾਅਦ ਹਸਬੈਂਡ ਬਣਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਫਾਦਰ ਬਣਦੇ ਹਾਂ, ਅਤੇ ਜਦੋਂ ਅਸੀਂ ਫਾਦਰ ਬਣਦੇ ਹਾਂ ਨਾ, ਫਾਦਰ ਬਣ ਕੇ ਨਾ ਸਾਡੀ ਨਾ ਬੜੀ ਛੋਟੀ ਛੋਟੀ ਮੈਮਰੀਜ਼ ਨਾ ਦਿਖਾਉਣ ਦਾ ਦਿਲ ਕਰਦਾ ਆਪਣੇ ਬੇਟੇ ਨੂੰ, ਆਪਣੇ ਬੱਚੇ ਨੂੰ, ਕਦੀ ਬੇਟੇ ਨੂੰ ਗੋਦ ਵਿੱਚ ਬਹਿ ਕੇ, ਕਦੀ ਆਪਣੀ ਜਦੋਂ ਕੋਈ ਗਾਣਾ ਜਾਂ ਕੋਈ ਫਿਲਮ ਦਿਖਾਈ ਆ, ਕਿ ਮੈਂ ਉਹਨਾਂ ਨੂੰ ਜ਼ਰੂਰ ਇੱਦਾਂ ਦਾ ਐਕਸਪੀਰੀਅੰਸ ਸ਼ੇਅਰ ਕਰਕੇ, ਕਿ ਜ਼ਰੂਰ ਕਰਦੇ ਕੀਤਾ ਜ਼ਰੂਰ ਹੋਣਾ, ਮੈਂ ਚਾਹੁੰਗਾ ਉਹ ਫੀਲ ਜਾਣਨਾ ਚਾਹੁੰਦਾ ਹਾਂ ਕਿ ਉਹ ਫੀਲ ਕਿਵੇਂ ਦਾ ਹੁੰਦਾ ਨਹੀਂ ਜਿਹੜੇ, ਕਿਉਂਕਿ ਬੜਾ ਤਰਸਦਾਰ ਬੜਾ ਵੇਟ ਨਾਲ ਆਉਂਦੀ ਹੈ ਇਹ ਚੀਜ਼।